ਹਾਜ਼ਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਵੀ ਆਪਣੇ ਹਿੰਦੁਸਤਾਨ ਤੋਂ ਆਵਾਸ ਕਰਕੇ ਇੱਥੇ ਕੈਨੇਡਾ ਦੇ ਵਿੱਚ ਆਉਂਦੇ ਸੀ, ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਲੈਣ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਐਡਮਿੰਟਨ ਸ਼ਹਿਰ ਦੇ ਵਿੱਚ ਸਾਡੇ MLA ਸਾਹਿਬ ਨਰੇਸ਼ ਭਾਰਦਵਾਜ ਹੁਣਾਂ ਦੇ ਯਤਨਾਂ ਸਦਕਾ ਅਲਬਰਟਾ ਸੂਬੇ ਨੇ ਕੁਝ ਇੱਕ ਇਹਦੇ ਵਿੱਚ ਚੇਂਜਿਸ ਕੀਤੀਆਂ ਨੇ, ਉਹ ਕਿਹੜੀਆਂ ਚੇਂਜਿਸ ਨੇ, ਗੱਲਬਾਤ ਕਰਨ ਜਾ ਰਹੇ ਨੇ ਨਰੇਸ਼ ਭਾਰਦਵਾਜ ਹੁਣਾਂ ਦੇ ਨਾਲ। ਲਾਟ ਭਿੰਡਰ, ਵਤਨ TV ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਡਰਾਈਵਰ ਲਾਇਸੈਂਸ ਬਾਰੇ। ਜਿਹੜੇ ਇੰਡੀਆ ਅਤੇ ਪਾਕਿਸਤਾਨ ਤੋਂ ਨਵੇਂ ਇਮੀਗ੍ਰੈਂਟ ਆਉਂਦੇ ਆ ਉਹਨਾਂ ਨੂੰ ਮੁਸ਼ਕਲ ਕਾਫੀ ਪੈਦਾ ਹੋ ਰਹੀ ਸੀ, ਉਹਦੇ ਵਾਸਤੇ ਅਸੀਂ ਬੇਨਤੀ ਕੀਤੀ ਸੀ ਨਰੇਸ਼ ਭਾਰਦਵਾਜ ਹੁਣੇ ਜਿਹੜੇ ਐਲਰਜ਼ਲੀ ਤੋਂ MLA ਨੇ ਸਾਡੇ ਸਰਕਾਰ ਦੇ ਵਿੱਚ, ਉਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕਰਕੇ ਅਤੇ ਕੁਛ ਨਵੀਆਂ ਤਬਦੀਲੀਆਂ ਜਿਹੜੀਆਂ ਉਹ ਲਿਆਂਦੀਆਂ ਨੇ। ਆਓ ਨਰੇਸ਼ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਸਵਾਗਤ ਹੈ ਜੀ ਵਤਨ TV 'ਚ। ਥੈਂਕ ਯੂ ਵੈਰੀ ਮੱਚ ਲਾਟ ਸਾਹਿਬ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਇਹਦਾ ਪ੍ਰੀਐਂਬਲ ਦਿੱਤਾ, ਔਰ ਮੈਂ ਆਪਣੇ ਸਾਰੇ ਜਿੰਨੇ ਸਾਡੇ ਦਰਸ਼ਕ ਆ ਜੀ ਉਹਨਾਂ ਨੂੰ ਇਹ ਜ਼ਰੂਰ ਇਹ ਦੱਸਣਾ ਚਾਹਾਂਗਾ ਕਿ ਜੋ ਅਸੀਂ ਚੇਂਜਸ ਕੀਤੀਆਂ ਕਰੰਟਲੀ ਉਹ ਕਾਫੀ ਬੈਨੀਫਿਟ ਕਰ ਰਹੀਆਂ ਜਿੰਨੇ ਸਾਡੇ ਨਵੇਂ ਭੈਣ ਭਰਾ ਇੰਡੀਆ ਪਾਕਿਸਤਾਨ ਤੋਂ ਆ ਰਹੇ ਹਾਂ। ਇਨਫੈਕਟ ਜਿਹੜੀਆਂ ਕੰਟਰੀਆਂ ਦੇ ਨਾਲ ਵੀ ਸਾਡੇ ਰਿਸਿਪਰੋਕਲ ਐਗਰੀਮੈਂਟਸ ਨਹੀਂ ਹੈਗੇ, ਉਹਨਾਂ ਸਾਰੀਆਂ ਕੰਟਰੀਆਂ ਤੋਂ ਜਿਹੜੇ ਨਵੇਂ ਇਮੀਗ੍ਰੈਂਟਸ ਅਲਬਰਟਾ ਦੇ ਵਿੱਚ ਆ ਰਹੇ ਆ ਉਹਨਾਂ ਸਾਰਿਆਂ ਨੂੰ ਇਹਦੇ ਨਾਲ ਬੈਨੀਫਿਟ ਹੋਏਗਾ। ਇਹ ਪ੍ਰੋਸੈਸ ਇੱਦਾਂ ਕੰਮ ਕਰਦਾ ਜੀ, ਅਗਰ ਤੁਸੀਂ ਨਵੇਂ ਇਮੀਗ੍ਰੈਂਟ ਆਉਣੇ ਆ ਐਂਡ ਯੂ ਆਰ ਓਵਰ ਦੀ ਏਜ ਆਫ 25, 25 ਸਾਲ ਤੋਂ ਤੁਹਾਡੀ ਜ਼ਿਆਦਾ ਉਮਰ ਹੈਗੀ ਆ ਔਰ ਤੁਸੀਂ ਆਪਣਾ ਲਾਇਸੈਂਸ ਲੈ ਕੇ ਇੰਡੀਆ ਦਾ ਇੰਡੀਆ ਦੀ ਐਗਜ਼ਾਮਪਲ ਯੂਜ਼ ਕਰਦੇ ਹਾਂ, ਤੁਸੀਂ ਇੱਥੇ ਰਜਿਸਟਰੀ ਸਰਵਿਸ ਦੇ ਵਿੱਚ ਚਲੇ ਜਾਓ ਔਰ ਉੱਥੇ ਉਹ ਤੁਹਾਡਾ ਲਾਇਸੈਂਸ ਲੈ ਕੇ ਆਪਣੀ ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਬ੍ਰਾਂਚ ਹੈਗੀ ਆ ਉੱਥੇ ਉਹ ਭੇਜ ਦੇਣਗੇ। ਤੁਹਾਨੂੰ ਵੈਨਕੂਵਰ ਨੂੰ ਭੇਜਣ ਦੀ ਲੋੜ ਨਹੀਂ ਔਰ ਕਿਸੇ ਵੀ ਐਮਬੈਸੀ ਦੇ ਵਿੱਚ ਜਾਂ ਹਾਈ ਕਮਿਸ਼ਨ ਦੇ ਵਿੱਚ ਭੇਜਣ ਦੀ ਲੋੜ ਨਹੀਂ, ਅਸੀਂ ਖੁਦ ਅਲਬਰਟਾ ਦੇ ਵਿੱਚ ਉਹ ਵੇਰੀਫਾਈ ਕਰਾਂਗੇ। ਅਗਰ ਸਾਡੀ ਜਿਹੜੀ ਸਪੈਸ਼ਲ ਬ੍ਰਾਂਚ ਹੈਗੀ ਆ ਉਹਨਾਂ ਨੂੰ ਨਹੀਂ ਵੇਰੀਫਾਈ ਕਰ ਸਕਦੀ, ਫਿਰ ਅਸੀਂ ਤੁਹਾਨੂੰ ਕਹਾਂਗੇ ਬਈ ਯੂ ਵਿਲ ਹੈਵ ਟੂ ਸਾਈਨ ਇੱਕ ਸਵੋਰਨ ਐਫੀਡੇਵਿਟ, ਬੇਸਿਕਲੀ ਸੇਇੰਗ ਵੀ ਯੈਸ ਮੇਰੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈਗਾ। ਉਹਦੇ ਨਾਲ ਰਾਈਟ ਅਵੇ ਜਦੋਂ ਤੁਸੀਂ ਉਹ ਸਵੇਅਰ ਇਨ ਕਰ ਲਿਆ ਫਿਰ ਤੁਸੀਂ ਤੁਹਾਨੂੰ ਸਟਿਪੂਲੇਸ਼ਨ ਇਹ ਹੈਗੀ ਉਹ ਤੋਂ ਬਾਅਦ ਤੁਹਾਨੂੰ 15 ਘੰਟੇ ਦੀ ਕਲਾਸਰੂਮ ਟ੍ਰੇਨਿੰਗ ਔਰ 10 ਘੰਟੇ ਦੀ ਔਨ ਦ ਰੋਡ ਟ੍ਰੇਨਿੰਗ ਲੈਣੀ ਪਏਗੀ। ਸੂਨ ਐਜ਼ ਯੂ ਆਰ ਡਨ ਦੈਟ ਯੂ ਆਰ ਫਰੀ ਟੂ ਟੇਕ ਯੂਰ ਕਲਾਸ 7 ਅਤੇ ਦੈਨ ਯੂ ਕੈਨ ਡੂ ਯੂਰ ਕਲਾਸ 5 ਐਂਡ ਇਮੀਡੀਏਟਲੀ ਆਫਟਰ ਦੈਟ ਯੂ ਕੈਨ ਡੂ ਯੂਰ ਐਡਵਾਂਸ ਰੋਡ ਟੈਸਟ। ਸੋ ਜੇ ਨਹੀਂ ਵੇਰੀਫਾਈ ਕਰ ਹੁੰਦਾ ਇੱਕ ਐਫੀਡੇਵਿਟ ਤੁਸੀਂ ਸਵੇਅਰ ਕਰ ਲਓ ਵੀ ਯੈਸ ਮੇਰੇ ਕੋਲ ਇੰਨਾ ਐਕਸਪੀਰੀਅੰਸ ਹੈਗਾ, 15 ਘੰਟੇ ਦੀ ਕਲਾਸਰੂਮ ਦੀ ਟ੍ਰੇਨਿੰਗ ਲੈ ਲਓ, 10 ਘੰਟੇ ਦੀ ਔਨ ਦੀ ਰੋਡ ਟ੍ਰੇਨਿੰਗ ਲੈ ਲਓ, ਕਲਾਸ 7 ਲੈ ਕੇ ਕਲਾਸ 5 ਤੁਸੀਂ ਰਾਈਟ ਅਵੇ ਚੈਲੰਜ ਕਰ ਸਕਦੇ ਹਾਂ। ਦੂਸਰਾ ਹੈਗਾ ਜੀ ਅਗਰ ਅਸੀਂ ਵੇਰੀਫਾਈ ਕਰ ਦਿੰਦੇ ਹਾਂ ਤੁਸੀਂ ਜਾਂਦੇ ਹਾਂ ਰਜਿਸਟਰੀ ਸਰਵਿਸਿਸ 'ਤੇ ਐਂਡ ਇਟਸ ਵੇਰੀਫਾਈਬਲ, ਫਿਰ ਰਾਈਟ ਅਵੇ ਤੁਸੀਂ ਕਲਾਸ 7 ਲੈ ਕੇ ਅਤੇ ਕਲਾਸ 5 ਤੁਸੀਂ ਲੈ ਸਕਦੇ ਹਾਂ, ਰੋਡ ਟੈਸਟ ਦੇ ਕੇ ਤੁਸੀਂ ਆਪਣਾ ਲੈ ਸਕਦੇ ਹਾਂ। ਔਰ ਇੱਕ ਹੋਰ ਇਹਦੇ ਵਿੱਚ ਕੈਟੇਗਰੀ ਹੈਗੀ ਆ 25 ਸਾਲ ਤੋਂ ਥੱਲੇ, ਠੀਕ ਹੈ, 25 ਸਾਲ ਤੋਂ ਥੱਲੇ ਦਾ ਵੀ ਪ੍ਰੋਸੀਜਰ ਇਹ ਹੈਗਾ ਜੀ ਅਗਰ ਤੁਸੀਂ ਰਜਿਸਟਰੀ ਸਰਵਿਸ 'ਤੇ ਜਾਂਦੇ ਹਾਂ ਔਰ ਤੁਹਾਡਾ ਲਾਇਸੈਂਸ ਉਹ ਵੇਰੀਫਾਈ ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਬ੍ਰਾਂਚ ਕਰ ਦਿੰਦੀ ਆ ਅਤੇ ਦੈਨ ਸੇਮ ਪ੍ਰੋਸੀਜਰ ਤੁਸੀਂ ਜਾਓ ਉਹ ਤੁਸੀਂ ਲੈ ਸਕਦੇ ਹਾਂ। ਦੇ ਚੈਲੰਜ ਇਸ ਵੀ ਅਗਰ 25 ਸਾਲ ਤੋਂ ਥੱਲੇ ਆ ਔਰ ਅਸੀਂ ਨਹੀਂ ਵੇਰੀਫਾਈ ਕਰ ਸਕਦੇ ਦੈਨ ਯੂ ਹੈਵ ਟੂ ਗੋ ਥਰੂ ਦਾ ਰੈਗੂਲਰ GDL ਜੋ ਸਾਡੇ ਇੱਥੇ ਅਲਬਰਟਾ ਦੇ ਬੱਚਿਆਂ ਲਈ ਸਾਰਿਆਂ ਦੇ ਲਈ ਪ੍ਰੋਗਰਾਮ ਹੈਗਾ ਉਹ ਤੁਹਾਨੂੰ ਕਰਨਾ ਪਏਗਾ। ਇਹਦੇ ਵਿੱਚ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜਾ ਇਹਨਾਂ ਨੇ ਨਰੇਸ਼ ਹੋਣਾ ਨੇ ਕਿਹਾ ਕਿ 15 ਘੰਟੇ ਦੀ ਕਲਾਸਰੂਮ ਅਤੇ 10 ਘੰਟੇ ਦਾ ਤੁਹਾਨੂੰ ਸੜਕ ਦੇ ਉੱਪਰ ਜਿਹੜਾ ਆ ਟ੍ਰੇਨਿੰਗ ਲੈਣੀ ਪਵੇਗੀ। ਇਹ ਬੇਸਿਕ ਟ੍ਰੇਨਿੰਗ ਜਿਹੜੀ ਆ ਆਪਣੇ ਕਮਿਊਨਿਟੀ ਦੇ ਜਿੰਨੇ ਵੀ ਡਰਾਈਵਿੰਗ ਸਕੂਲ ਹੈਗੇ ਆ ਉਹਨਾਂ ਸਾਰਿਆਂ ਤੋਂ ਉਪਲਬਧ ਆ, ਉੱਥੋਂ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ। ਉਸ ਟ੍ਰੇਨਿੰਗ ਲੈਣ ਤੋਂ ਬਾਅਦ ਫਿਰ ਜਿਵੇਂ ਇਹਨਾਂ ਨੇ ਦੱਸਿਆ ਆ ਕਿ ਤੁਸੀਂ ਕਲਾਸ 7 ਦਾ ਪਹਿਲਾਂ ਲਾਇਸੈਂਸ ਲਓ ਫਿਰ ਬਾਅਦ 'ਚ ਰੋਡ ਟੈਸਟ ਦੇ ਕੇ ਕਲਾਸ 5 ਦਾ ਲੈ ਸਕਦੇ ਹੋ। ਨਰੇਸ਼ ਜੀ ਉਹਨੂੰ ਜਿਹੜੇ ਇਸ ਕੈਟੇਗਰੀ ਵਿੱਚ ਆਉਣਗੇ ਕੀ ਉਹ ਪ੍ਰੋਫੈਸ਼ਨਲ ਲਾਇਸੈਂਸ ਵੀ ਲੈ ਸਕਣਗੇ ਜਿਵੇਂ ਕਲਾਸ 1 ਟਰੱਕਾਂ ਦਾ ਜਾਂ ਟੈਕਸੀ ਦਾ? ਜਦੋਂ ਹੀ ਤੁਸੀਂ ਐਡਵਾਂਸ ਰੋਡ ਟੈਸਟ ਕਲੀਅਰ ਕਰ ਲੈਣੇ ਨਾ ਜੀ, ਹਾਂਜੀ, ਤੇ ਦੈਨ ਯੂਅਰ ਫ੍ਰੀ ਟੂ ਟੇਕ ਕਲਾਸ 1, ਉਹਦੇ ਤੋਂ ਬਾਅਦ ਫਿਰ ਲੈ ਸਕਦੇ। ਇਹੀ ਚੀਜ਼ ਜਿਹੜੀ 25 ਸਾਲ ਤੋਂ ਛੋਟਿਆਂ ਤੇ ਵੀ ਲਾਗੂ ਹੋਏਗੀ? 25 ਸਾਲ ਤੋਂ ਛੋਟਿਆਂ ਤੇ ਵੀ ਇਹ ਚੀਜ਼ ਲੱਗੀ ਜੇ ਵੇਰੀਫਾਈਬਲ ਹੈਗਾ ਜੀ ਫਿਰ ਕੋਈ ਪ੍ਰੋਬਲਮ ਨਹੀਂ ਹੋਏਗੀ। ਇਹ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਪ੍ਰਾਪਤੀ ਆ ਜਿਹੜੀ ਸਾਡੇ ਭਾਈਚਾਰੇ ਵਾਸਤੇ ਹਿੰਦੁਸਤਾਨ ਤੋਂ ਪਾਕਿਸਤਾਨ ਤੋਂ ਜਿੱਥੋਂ ਵੀ ਆਉਂਦੇ ਆ ਉਹਨਾਂ ਵਾਸਤੇ
ਇਹ ਕਾਫੀ ਦਿੱਕਤ ਆ ਰਹੀ ਸੀ ਪਿਛਲੇ ਕੁਝ ਮਹੀਨਿਆਂ ਤੋਂ ਖਾਸ ਕਰਕੇ ਸੋ ਜਿਹੜੇ ਵੀ ਦਰਸ਼ਕ ਅੱਜ ਪ੍ਰੋਗਰਾਮ ਦੇਖ ਰਹੇ ਆ ਜੇ ਕਿਸੇ ਨੂੰ ਤੁਸੀਂ ਜਾਣਦੇ ਹੋ ਹੋਰ ਕੋਈ ਨਵਾਂ ਆਇਆ ਇੱਥੇ ਤਾਂ ਉਹਨਾਂ ਨੂੰ ਜ਼ਰੂਰ ਇਹ ਜਾਣਕਾਰੀ ਦਿਓ ਕਿ ਉਹ ਹੁਣ ਇਸ ਵੇਲੇ ਕਿਸੇ ਵੀ ਰਜਿਸਟਰੀ ਵਿੱਚ ਜਾ ਕੇ ਆਪਣਾ ਜਿਹੜਾ ਡਰਾਈਵਰ ਲਾਇਸੈਂਸ ਲੈ ਸਕਦੇ ਆ ਜੇ ਕਿਸੇ ਤਰ੍ਹਾਂ ਦੀ ਹੋਰ ਪੁੱਛਗਿੱਛ ਕਰਨੀ ਹੋਵੇ ਜਾਂ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਕਿਸੇ ਵੇਲੇ ਵੀ ਤੁਸੀਂ ਵਤਨ ਟੀਵੀ ਉੱਪਰ ਜਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਆਫਿਸ ਨੂੰ ਫੋਨ ਕਰ ਸਕਦੇ ਹੋ ਕਿਸੇ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਅਸੀਂ 9 ਅਗਸਤ ਤੋਂ ਇੰਪਲੀਮੈਂਟ ਕੀਤਾ ਜੀ ਔਰ ਸਾਰੀਆਂ ਰਜਿਸਟਰੀ ਸਰਵਿਸਿਜ਼ ਨੂੰ ਮੈਂ ਖੁਦ ਫੋਨ ਕਰਕੇ ਜਾਂ ਦੋ ਤਿੰਨਾਂ ਨੂੰ ਪਤਾ ਕੀਤਾ ਦੇ ਆਰ ਆਲ ਅਵੇਅਰ ਆਫ ਇਟ ਸਾਰੇ ਅਕਰੋਸ ਅਲਬਰਟਾ ਦੇ ਸ਼ੁੱਡ ਬੀ ਅਵੇਅਰ ਆਫ ਇਟ ਅਗਰ ਫਿਰ ਵੀ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਆ ਮੇਰੇ ਆਫਿਸ ਨੂੰ ਵੀ ਤੁਸੀਂ ਫੋਨ ਕਰ ਸਕਦੇ ਹੋ ਲਾਟ ਹੋਣਾ ਦੇ ਨਾਂ ਨਾਲ ਹੀ 414-2000 ਦੇ ਉੱਤੇ ਅਸੀਂ ਇਹ ਵੀ ਦੱਸ ਦਈਏ ਕਿ ਨਰੇਸ਼ ਹੋਣੀ ਹਮੇਸ਼ਾ ਹੀ ਆਪਣੇ ਭਾਈਚਾਰੇ ਦੀ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਲੋੜ ਹੁੰਦੀ ਆ ਹਮੇਸ਼ਾ ਮਦਦ ਕਰਦੇ ਆ ਤੁਸੀਂ ਕਿਸੇ ਵੀ ਹੋਰ ਕੰਮ ਵਾਸਤੇ ਜਿਵੇਂ ਜੇ ਕੌਂਸਲੇਟ ਦੇ ਨਾਲ ਹੋਰ ਵੀ ਕਈ ਮੁਸ਼ਕਲਾਂ ਜਿਹੜੀਆਂ ਨੇ ਉਹ ਆ ਜਾਂਦੀਆਂ ਉਹਨਾਂ ਵਾਸਤੇ ਵੀ ਇਹਨਾਂ ਦੇ ਦਫ਼ਤਰ ਤੁਸੀਂ ਆ ਕੇ ਕਿਸੇ ਵੇਲੇ ਵੀ ਇਹਨਾਂ ਤੋਂ ਇਹ ਸਹਾਇਤਾ ਲੈ ਸਕਦੇ ਹੋ ਮੈਂ ਫਿਰ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਅਤੇ ਨਰੇਸ਼ ਹੋਣਾ ਦਾ ਖਾਸ ਕਰਕੇ ਧੰਨਵਾਦ ਕਰਦਾ ਥੈਂਕ ਯੂ ਵੈਰੀ ਮੱਚ ਜੀ ਧੰਨਵਾਦ